ਸਾਨੂੰ ਪਤਾ ਲੱਗਾ ਜੀ ਤੁਹਾਡੇ ਕੋਲੇ ਸੈਂਕੜੇ ਸਾਲ ਪੁਰਾਣੇ ਗੁਰੂ ਸਾਹਿਬ ਦੇ ਉਹ ਉਹ ਪੋਥੀਆਂ ਪਈਆਂ ਹੈਗੀਆਂ ਗ੍ਰੰਥ ਪਈਆਂ ਹੈਗ ਨੇ ਜਿਨ੍ਹਾਂ ਦੇ ਦਰਸ਼ਨ ਕਰਨ ਲਈ ਇਹਨਾਂ ਨੂੰ ਆਪਾਂ ਸਫਰੀ ਸਰੂਪੀ ਕਹਿੰਨੇ ਇੱਕ ਲੜੀਵਾਰਤਿਕ ਪਦਵੰਡ ਹੈ। ਕਰੀਬ ਤੋਂ ਕਰੀਬ 700 ਸਾਲ ਪੁਰਾਣੇ ਨੇ। ਜੁੜਾ ਮਨ ਕਵੀ ਭਾਈ ਸੰਤੋਖ ਸਿੰਘ ਦੀ ਪੋਥੀ ਇੱਕ ਸੂਰਜ ਪ੍ਰਕਾਸ਼ ਗ੍ਰੰਥ ਤੇ ਗੁਰਨਾਨ ਦੇਵ ਸਾਹਿਬ ਬਹੁਤੀ ਭਾਗਾਂ ਵਾਲੇ ਇਨਸਾਨ ਨੂੰ ਮਿਲਦੀ ਹੈ ਸੇਵਾ ਸੇਵਾ ਤੁਸੀਂ ਕਰ ਰਹੇ ਹੋ ਲੇਕਿਨ ਜਦੋਂ ਇਤਿਹਾਸਿਕ ਗੱਲ ਹੋ ਜਾਂਦੀ ਹੈ ਵੀ ਇਹ 100 ਸਾਲ ਪੁਰਾਣੇ ਹੈਗੇ ਨੇ ਮਹਾਰਾਜ ਆਪ ਕਿਰਪਾ ਕਰੀ ਜਾਂਦੇ ਨੇ ਬਾਕੀ ਜੋ ਇਲਾਕਾ ਨਿਵਾਸੀ ਸੰਗਤਾਂ ਦਾ ਸਹਿਯੋਗ ਹੈ ਜੀ ਤੇ ਉਹਨਾਂ ਦੇ ਸਹਿਯੋਗ ਨਾਲ ਜਿਹੜਾ ਮਹੱਤਵ ਇਹ ਜਨਾ ਦੇ ਜੋ ਅੰਗ ਨੇ 1300 ਤੇ 23 ਅੰਗ ਨੇ ਇਹ ਤੇ ਸਤਿਗੁਰ ਦਾ ਜਿਹੜਾ ਇਹ ਸਰੂਪ ਹੈ ਇਹ ਨਾਨਕ ਸ਼ਾਹੀ ਸਮਤ ਤੇ ਇਸ ਦੇ ਖਾਸ ਸਭ ਤੋਂ ਵੱਧ ਖਾਸ ਇਹ ਹੈ ਕਿ 100 ਸਾਲ ਉਹ ਬੀਜਨ ਤੋਂ ਬਾਅਦ ਵੀ ਕਲ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਉਹ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਨ ਲੈ ਹਰੇਕ ਇਨਸਾਨ ਦੇ ਦਿਲੋ ਦਿਮਾਗ ਵਿੱਚ ਹੁੰਦਾ ਹੈ ਜਿੱਥੇ ਗੁਰੂਆਂ ਨੇ ਆਪਣੇ ਚਰਨ ਛੋਹ ਪਾਈ ਹੋਵੇ ਜਿੱਥੇ ਗੁਰੂਆਂ ਨੇ ਅਸੀਸ ਬਖਸ਼ੀ ਹੋਵੇ ਗੁਰੂਆਂ ਦੇ ਲਿਖੇ ਹੋਏ ਗ੍ਰੰਥ ਜਿਹੜੇ ਹੈਗੇ ਨੇ ਉਹਨਾਂ ਨੂੰ ਪੜ ਕੇ ਜਿੱਥੇ ਸਾਡੇ ਜੀਵਨ ਨੂੰ ਸੇਧ ਮਿਲਦੀ ਹੈ ਉੱਥੇ ਹੀ ਹਰੇਕ ਪੰਜਾਬੀ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਅਸੀਂ ਗੁਰੂਆਂ ਦੇ ਉਹਨਾਂ ਗ੍ਰੰਥਾਂ ਦੇ ਦਰਸ਼ਨ ਕਰੀਏ ਜਿਨ੍ਹਾਂ ਨੂੰ ਪੜ੍ਹ ਕੇ ਸਾਡੀ ਜ਼ਿੰਦਗੀ ਸਫਲ ਮੰਨੀ ਹੈ ਐਸੀ ਹੀ ਪ੍ਰਾਤਨ ਗ੍ਰੰਥ ਜਿਹੜੇ ਹੈਗੇ ਨੇ ਉਹ ਸਾਡੇ ਪੰਜਾਬ ਵਿੱਚ ਸੰਭਾਲੇ ਹੋਏ ਨੇ ਇੱਕ ਐਸੇ ਗੁਰੂ ਸਥਾਨ ਦੇ ਉੱਪਰ ਲੈ ਕੇ ਆਏ ਆ ਤੁਹਾਨੂੰ ਜਿੱਥੇ 100 ਸਾਲ ਪੁਰਾਣੇ ਗ੍ਰੰਥ ਜਿਹੜੇ ਹੈਗੇ ਨੇ ਸੰਭਾਲ ਕੇ ਰੱਖੇ ਹੋਏ ਨੇ ਆਪਾਂ ਉਹਨਾਂ ਦੇ ਦਰਸ਼ਨ ਵੀ ਕਰਵਾਵਾਂਗੇ ਫਿਲਹਾਲ ਆਪਾਂ ਸੁਖਾਸਨ ਸਾਹਿਬ ਦੇ ਵਿੱਚ ਆਏ ਹੈਗੇ ਆ ਜਿੱਥੇ ਉਹ ਬ ਇਤਿਹਾਸਿਕ ਗ੍ਰੰਥ ਜਿਹੜੇ ਹੈਗੇ ਨੇ ਪਏ ਨੇ ਉਹਨਾਂ ਬਾਰੇ ਜਾਣਕਾਰੀ ਲਵਾਂਗੇ ਆਪਾਂ ਉਸ ਗੁਰੂ ਘਰ ਵਿੱਚ ਪਹੁੰਚੀਆਂ ਕਿਸ ਤਰ੍ਹਾਂ ਹੋ ਗੁਰੂ ਘਰ ਦੇ ਜਿਹੜੇ ਵਿੱਚ ਸੇਵਾ ਖੁੰਦੀ ਹੈ ਕਿਸ ਤਰ੍ਹਾਂ ਸੰਭਾਲ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਸੁਖਾਸਨ ਸਾਹਿਬ ਵਿੱਚ ਅਸੀਂ ਖੜੇ ਹਾਂ ਤੇ ਬਾਬਾ ਜੀ ਨਾਲ ਗੱਲ ਕਰਦੇ ਹਾਂ ਬਾਬਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅਸੀਂ ਤੁਹਾਡੇ ਕੋਲ ਆਏ ਹਾਂ ਸਾਨੂੰ ਪਤਾ ਲੱਗਾ ਜੀ ਤੁਹਾਡੇ ਕੋਲੇ ਸੈਂਕੜੇ ਸਾਲ ਪੁਰਾਣੇ ਗੁਰੂ ਸਾਹਿਬ ਦੇ ਉਹ ਉਹ ਪੋਥੀਆਂ ਪਈਆਂ ਹੈਗੀਆਂ ਗ੍ਰੰਥ ਪਈਆਂ ਹੈਗਣ ਜਿਨ੍ਹਾਂ ਦੇ ਦਰਸ਼ਨ ਕਰਨ ਲਈ ਹਰੇਕ ਗੁਰੂ ਘਰ ਨਾਲ ਜੁੜੇ ਹੋਏ ਵਿਅਕਤੀ ਦੀ ਇੱਛਾ ਹੁੰਦੀ ਹੈ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਜੋ ਦੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੇ ਉਹ ਛੋਟੇ ਨੇ ਜਿਨ੍ਹਾਂ ਨੂੰ ਆਪਾਂ ਸਫਰੀ ਸਰੂਪੀ ਕਹਿੰਨੇ ਇੱਕ ਲੜੀਵਾਰਤਿਕ ਪਦਵੰਡ ਹੈ ਕਰੀਬ ਤੋਂ ਕਰੀਬ 700 ਸਾਲ ਪੁਰਾਣੇ ਨੇ ਜੁੜਾ ਮਨ ਕਵੀ ਭਾਈ ਸੰਤੋਖ ਸਿੰਘ ਦੀ ਪੋਥੀ ਇੱਕ ਸੂਰਜ ਪ੍ਰਕਾਸ਼ ਗ੍ਰੰਥ ਤੇ ਗੁਰਨਾਨਦ ਸਾਹਿਬ ਦੀ ਜਨਮ ਸਾਖੀ ਜੋ ਪਹਿਲਾ ਪੱਥਰ ਛਾਪਾ ਲਾਹੌਰ ਦਾ ਕਿਹਾ ਜਾਂਦਾ ਹੈ ਉਹ ਹੈ ਮਹਾਰਾਜ ਦੇ ਦਰਬਾਰ ਦੇ ਵਿੱਚ ਬਹੁਤ ਜਵਾ ਜੋ ਅਸੀਂ ਗੱਲ ਕਰਦੇ ਜਾਂਦੇ ਕਿ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ ਦਾ ਇੱਕ ਬਹੁਤ ਹੀ ਭਾਗਾ ਵਾਲਾ ਇਨਸਾਨ ਨੂੰ ਮਿਲਦੀ ਹੈ ਸੇਵਾ ਸੇਵਾ ਤੁਸੀਂ ਕਰ ਰਹੇ ਹੋ ਲੇਕਿਨ ਜਦੋਂ ਇਤਿਹਾਸਿਕ ਗੱਲ ਹੋ ਜਾਂਦੀ ਹੈ ਵੀ ਇਹ 100 ਸਾਲ ਪੁਰਾਣੇ ਹੈਗੇ ਨੇ ਇਹ 50 ਸਾਲ ਪੁਰਾਣੇ ਹੈਗੇ ਨੇ 125 ਸਾਲ ਪੁਰਾਣੇ ਹੈਗੇ ਨੇ ਉਹਨਾਂ ਦੀ ਸੇਵਾ ਸੰਭਾਲ ਹੋਰ ਜ਼ਿਆਦਾ ਵੱਧ ਜਾਂਦੀ ਹੈ ਉਹ ਕਿਸ ਤਰ੍ਹਾਂ ਰੱਖ ਰਿਹਾ ਤੁਸੀਂ ਮਹਾਰਾਜ ਆਪ ਕਿਰਪਾ ਕਰੀ ਜਾਂਦੇ ਨੇ ਬਾਕੀ ਜੋ ਇਲਾਕਾ ਨਿਵਾਸੀ ਸੰਗਤਾਂ ਦਾ ਸਹਿਯੋਗ ਹੈ ਜੀ ਤੇ ਉਹਨਾਂ ਦੇ ਸਹਿਯੋਗ ਨਾਲ ਜਿਹੜਾ ਮਹਾਂ ਦਰਬਾਰ ਦੇ ਵਿੱਚ ਇਹ ਸੇਵਾਵਾਂ ਕੰਟੀਨਿਊ ਚੱਲਦੀਆਂ ਰਹਿੰਦੀਆਂ ਨੇ ਜੀ ਅਸੀਂ ਦਰਸ਼ਨ ਜ਼ਰੂਰ ਕਰਵਾਉਣਾ ਚਾਹਵਾਂਗੇ ਦਰਸ਼ਕਾਂ ਨੂੰ ਅਗਰ ਤੁਸੀਂ ਕਰਵਾਉਂਗਾ ਤਾਂ ਨਾਲ-ਨਾਲ ਵਿਸਥਾਰ ਜ਼ਰੂਰ ਕਰਦੇ ਰਹਿਣਾ ਆ ਪਹਿਲਾ ਜਿਹੜਾ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜੀਵਾਰ ਇਹਨਾਂ ਦੇ ਜੋ ਅੰਗ ਨੇ 1300 ਤੇ 23 ਅੰਗ ਨੇ ਇਹ ਤੇ ਸਤਿਗੁਰ ਦਾ ਜਿਹੜਾ ਇਹ ਸਰੂਪ ਹੈ ਇਹ ਨਾਨਕ ਸ਼ਾਹੀ ਸਮਤ 434 ਈਸਵੀ ਦਾ ਬਣਿਆ ਹੋਇਆ ਹੈ 434 ਨਾਨਕ ਸ਼ਾਹੀ ਸਮਤ ਦਾ ਬਣਿਆ ਹੋਇਆ ਜੀ ਇਹ ਤੇ ਇਹ तकरीबन ਤੋਂ तकरीबन 118-20 ਸਾਲ ਜਿਹੜਾ ਇਹ ਪੁਰਾਣਾ ਸਰੂਪ ਹੈ ਮਹਾਰਾਜ ਦਾ ਜੀ ਤੇ ਇਸ ਦੇ ਖਾਸ ਸਭ ਤੋਂ ਵੱਧ ਖਾਸ ਇਹ ਹੈ ਕਿ 100 ਸਾਲ ਉਹ ਬੀਜਾਂ ਤੋਂ ਬਾਅਦ ਵੀ ਇਹਦੇ ਜਿਹੜੇ ਅੰਗ ਨੇ ਉਸੇ ਤਰ੍ਹਾਂ ਹੀ ਮਲੈਮ ਪਏ ਨੇ ਕਿ ਜਿਵੇਂ ਨਵੇਂ ਸਰੂਪਾਂ 'ਚ ਹੁੰਦੇ ਨੇ ਕਿਸੇ ਪਾਸੇ ਕੋਈ ਕਟਣੀ ਐ ਬਿਲਕੁਲ ਐ ਸਾਫ ਸੁਥਰੇ ਇਹਦੇ ਸਰੂਪ ਦੇ ਅੰਗ ਨੇ ਕਿਉਂਕਿ ਅੱਜ ਦੇ ਟਾਈਮ ਤੇ ਜਿਹੜਾ ਅਸੀਂ ਮਹਾਰਾਜ ਸਰੂਪ ਲੈਨੇ ਆ ਕੁਝ ਸਮੇਂ ਬਾਅਦ ਹੀ ਜਿਹੜਾ ਹੈ ਉਹ ਕੁਛ ਨਾ ਕੁਛ ਉਹਨਾਂ ਦੇ ਵਿੱਚ ਤਬਦੀਲੀਆਂ ਆ ਜਾਂਦੀਆਂ ਨੇ ਪਰ ਇਹਨਾਂ ਸਰੂਪਾਂ ਦੇ ਵਿੱਚ ਅੱਜ ਵੀ ਉਵੇਂ ਹੀ ਇਹ ਜਿਹੜਾ ਇਹਨਾਂ 'ਚ ਨਮੀ ਬਰਕਰਾਰ ਹੈ ਸਮੇਂ ਦੇ ਅਨੁਸਾਰ ਤੇ ਮੈਂ ਨਾਲ ਹੀ ਤੁਹਾਨੂੰ ਇਹਦੇ ਆਖਿਰਲੇ ਅੰਗ ਦੀ ਦਰਸ਼ਨ ਕਰਾਉਣਾ ਏ 1323 ਅੰਗ ਨੇ 18 10 20 ਤੱਕ ਲਈ। ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਵੇਲੇ ਉਹਨਾਂ ਇਤਿਹਾਸਿਕ ਗਰਮਤਾ ਦੇ ਜਿਨ੍ਹਾਂ ਦੇ ਸਮਾ 服务 ਸੰਭਾਲ ਇਸ ਗੁਰੂ ਘਰ ਵਿੱਚ ਕੀਤੀ ਜਾ ਰਹੀ ਹੈ ਤੁਸੀਂ ਵੇਖ ਸਕਦੇ ਹੋ ਕਿ ਸੰਪੂਰਨ ਲੰਗ ਜਿਹੜੇ ਹੈਗੇ ਨੇ ਦਰਸ਼ਨ ਕਰਵਾਏਗੇ ਨੇ ਬਾਬਾ ਜੀ ਵੱਲੋਂ ਬਾਬਾ ਜੀ ਇਹਨਾਂ ਦੇ ਜਿਵੇਂ ਕੋਈ ਵੀ ਆਉਣਾ ਹੈਗਾ ਤੁਹਾਡੇ ਕੋਲੇ ਬਾਰੋ ਸ਼ਰਦਾਲੂ ਪਹੁੰਚਦੇ ਹੈਗੇ ਨੇ ਉਹ ਦਰਸ਼ਨ ਕਿਸ ਤਰ੍ਹਾਂ ਕਰ ਸਕਦੇ ਕਿੱਥੇ ਪਹੁੰਚਣਾ ਹੁੰਦਾ ਜਿਸ ਸਮੇਂ ਵੀ ਕਿਸੇ ਨੇ ਬਾਰੋ ਜੀ ਆਉਣਾ ਹੋਵੇ ਗੁਰਦਾਰਾ ਸਾਹਿਬ ਸੰਤ ਕਟਿਆ ਡੇਰਾ ਸੰਤ ਬਾਬਾ ਪ੍ਰੀਤਮ ਸਿੰਘ ਗਲੀ ਨੰਬਰ 13 ਗੁਰਵਖਸ਼ ਕਲੋਨੀ ਉਹ ਪਹੁੰਚ ਸਕ ਰਹੇ ਬੱਸ ਸਟੈਂਡ ਤੋਂ 1 ਕਿਲੋਮੀਟਰ ਦੀ ਦੂਰੀ ਤੇ ਹੈ ਗੁਰਵਖਸ਼ ਕਲੋਨੀ ਕੋਆਪਰੇਟਿਵ ਬੈਂਕ ਦੇ ਨਾਲ ਅਗਲੀ ਮੋੜ ਦੀ ਹੈ ਜੀ ਤੇ ਇਹਦੀ ਹੁਣ ਨਵੀਂ ਇਮਾਰਤ ਬਣੀ ਹੈ ਪਹਿਲਾਂ ਇਸ ਦੀ ਜਿਹੜੀ ਇਮਾਰਤ ਸੀ ਉਹ ਪੁਰਾਣੀ ਸੀਗੀ ਬਰਾਤਨ ਸੀਗੀ 60 ਸਾਲ ਤੋਂ ਪੁਰਾਣੀ ਸਮਾ ਹੋ ਗਿਆ ਸੀ ਉਸ ਨੂੰ ਤੇ ਆ ਦੋ ਕਿ ਸਾਲਾਂ ਤੋਂ ਸੰਗਤ ਦੇ ਸਹਿਯੋਗ ਦੇ ਨਾਲ ਇਹਦੀ ਜਿਹੜੀ ਇਮਾਰਤ ਹੈ ਇਹ ਨਵੀਂ ਬਣੀ ਹੈ ਤੇ ਆ ਦੂਜਾ ਸਰੂਪ ਹੈ ਸਤਗੁਰਜੀ ਦਾ ਇਹ ਵੀ ਤਕਰੀਬਨ ਦੇ ਤਕਰੀਬਨ ਜਿਹੜਾ ਹੈ 100 ਸਾਲ ਤੋਂ ਪਰਦਾਸ ਹੈਗਾ ਇਹ ਸ਼ਰਮਣੀ ਕਮੇਟੀ ਵੱਲੋਂ ਜਿਹੜਾ ਪਹਿਲਾ ਸਰੂਪ ਛਾਪਿਆ ਗਿਆ ਸੀਗੇ ਇਕ ਉਨਾਂ ਸਰੂਪਾਂ ਦੇ ਵਿੱਚ ਆਉਂਦੀ ਇਹ ਪਹਿਲਾ ਸਰੂਪ ਹੈ ਇਹ ਸ਼੍ਰੋਮਣੀ ਕਮੇਟੀ ਦੀ ਜਿਹੜੀ ਹੈ ਇਹ ਸ਼ਿਪਾਇਆਸ ਦੀ ਤੇ ਇਹਦੇ ਸੰਪੂਰਨ ਜਿਹੜੇ ਅੰਗ ਨੇ ਉਹ 1430 ਅੰਗ ਨੇ ਤੇ ਜੇ ਗੱਲ ਕੀਤੀ ਜਾਵੇ ਇਹਨਾਂ ਅੰਗਾਂ ਦੀ ਇਹ ਵੀ ਉਸੇ ਤਰ੍ਹਾਂ ਦੇ ਹੀ ਨੇ ਪਰ ਅੱਜ ਦੇ ਨਾਲੋਂ ਕਿਦਰੇ ਬਧੇਰੇ ਗੱਲ ਕਹਿ ਸਕਦੇ ਹਾਂ ਕਿ ਨਰਮ ਨੇ ਇਹ ਅੰਗ ਇਹਦੇ ਸੰਪੂਰਨ ਜੋ ਅੰਗ ਨੇ ਉਹ ਹੈਗੇ 1430 ਅੰਗ ਸੋ ਤੁਸੀਂ ਇਹ ਦਰਸ਼ਨ ਕਰ ਰਹੇ ਹੋ ਸੰਪੂਰਨ ਲੰਗ 1430 ਦੱਸੇ ਜਾ ਰਹੇ ਨੇ ਤੇ ਇਹ ਉਹ ਪਹਿਲੇ ਛਾਪਿਆਂ ਵਿੱਚ ਦੋ ਐਸਜੀਪੀਸੀ ਵੱਲੋਂ ਪ੍ਰੈਸ ਲਗਾਈ ਜੇ ਸੀ ਜੀ ਮਹਾਰਾਜ ਇਹ ਪਹਿਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੇ ਜੋ ਜੀਪੀਸੀ ਵੱਲੋਂ ਛਾਪੇ ਗਏ ਸੀਗੇ ਇਹ ਉਹਨਾਂ ਦੇ ਵਿੱਚੋਂ ਦੇ ਜਿਹੜੇ ਆਂਦੇ ਨੇ ਕਿਉਂਕਿ ਜੇ ਗੱਲ ਕੀਤੀ ਜਾ ਕਿਸੇ ਵੀ ਪ੍ਰਕਾਰੋਂ ਕਿ ਸ਼ਰਮਣੀ ਕਮੇਟੀ ਨੂੰ ਹੀ ਬਣਿਆ 100 ਸਾਲ ਤੋਂ ਤੇਰਾ ਸਮਾਂ ਹੋ ਚੁੱਕਿਆ ਹੈ ਜੀ ਤੇ ਉਸ ਸਮੇਂ ਦੇ ਜਿਹੜੇ ਆਹਨ ਵਿੱਚ ਆਏ ਹੋਏ ਨੇ ਔਰ ਸੋ ਅੱਜ ਤੁਸੀਂ ਵੇਖ ਸਕਦੇ ਹੋ ਇਹ ਹੈ ਜੇ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਭਾਈ ਬਾਲੇਵਾਲੀ ਔਰ ਜਿਹੜੇ ਤਸਵੀਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਕਿ ਅਸੀਂ ਕਾਲਯੁਗ ਕਥਾ ਤਾਂ ਬਹੁਤ ਸੁਣਦੇ ਆ ਪਰ ਸਾਨੂੰ ਕਦੀ ਦਰਸ਼ਨ ਨਹੀਂ ਹੋਏ ਗੁਨਾਹ ਸਾਹਿਬ ਦੀ ਜੋ ਸਾਖੀ ਹੈ ਕਾਲ ਯੁਗ ਦੇ ਨਾਲ ਹੋ ਰਹੀ ਹੈ ਇਹ ਉਸ ਸਮੇਂ ਦੀ ਸਾਖੀ ਦਾ ਇਹ ਚਿੱਤਰਣ ਹੈ ਔਰ ਮਹਾਰਾਜ ਨੇ ਜੋ ਉਸ ਸਮੇਂ ਸ਼ਬਦ ਉਚਾਰਨ ਕੀਤਾ ਸੀਗਾ ਉਹ ਸਾਰੇ ਸ਼ਬਦ ਵੀ ਇਹਦੇ ਵਿੱਚ ਮੌਜੂਦ ਨੇ ਗੁਨਾਹ ਸਾਹਿਬ ਇਹਨਾਂ ਦੀ ਇਸ ਦੀ ਲਿਖਾਈ ਦੇਖ ਕੇ ਲੱਗ ਰਿਹਾ ਕਿ ਹੱਥ ਲਿਖਤ ਹੈ ਨਹੀਂ ਜੀ ਇਹ ਪੱਥਰ ਛਪ ਹੈ ਜੀ ਇਹ ਪੱਥਰ ਛਪ ਹੈ ਇਹਦਾ ਜੇ ਗੱਲ ਕੀਤੀ ਜਾਵੇ ਕਿ ਇਹਦਾ ਸੰਨ ਮੈਂ ਤੁਹਾਨੂੰ ਸੰਨ ਵੀ ਇਹਦੇ ਦਰਸ਼ਨ ਕਰਾ ਦਣਾ ਕਿ ਇਹਦੇ ਬਣਨ ਦਾ ਸੰਨ ਇਹਦੇ ਲਿਖਣ ਦਾ ਬੈਂਡਿੰਗ ਸਾਰਾ ਕੁਝ ਇਹਦਾ ਜਿਹੜਾ ਹੈ ਇਹ ਲਿਖਿਆ ਹੋਇਆ ਹੈ ਇਹ ਲਾਹੌਰ ਦੀ ਲਿਖਤ ਹੈ ਜੀ ਪੈੜੇ ਤੇ ਮੋਖੇ ਦੀ ਕਹੀ ਜਾਂਦੀ ਹੈ ਤੇ ਤੁਸੀਂ ਦੇਖ ਸਕਦੇ ਹੋ 1947 ਬਿਕਰਮੀ ਭਾਦੋਂ ਸਦੀ 1 ਇਸਵੀ ਸੰ 1890 ਦੀ ਇਹ ਹੈ ਇਹ 100 ਸਾਲਾਂ ਤੋਂ ਵੀ ਵੱਧ ਸਮਾਂ ਹੋ ਗਿਆ ਨੇ ਤੇ ਤੁਸੀਂ ਆ ਪੂਰਾ ਜਿਹੜਾ ਇਹ ਦੇਖ ਸਕਦੇ ਹੋ ਕਿ ਕਿਵੇਂ ਬਣੀ ਕਿਸਾਬ ਨਾਲ ਬਣੀ ਇਹਦੇ ਸਾਰਾ ਕੋਸ਼ ਕਿਤੇ ਕਿਤੇ ਕੋਲੰਪ ਛਾਪਿਆ ਗਿਆ ਕਾਗਜ਼ ਕਿਸ ਕੋਲੋਂ ਖਰੀਦਿਆ ਗਿਆ ਉਹ ਸਾਰਾ ਸਟੇਜ ਡਿਟੇਲਿੰਗ ਕੀਤੀ ਹੋਈ ਹੈ ਜੀ ਇਹ ਇਹਦੀ ਜਿਹੜੀ ਹੈ ਮਤਾਬ মুনਸ਼ੀਨ ਨਵਲ ਕਸ਼ੋਰ واقعہ ਲਾਹੌਰ ਏਜੰਸੀ ਮੌਲਵੀ ਮਹਿਮੂਦ احمد ਸਾਹਿਬ ਕੇ ਯਤਨ ਸੇ ਛਾਪੀ ਗਈ ਹੈ ਇਹਦੀ ਜਿਹੜੀ ਸ਼ਿਪਾਈ ਹੈ ਇੱਕ ਮੁਸਲਮਾਨ ਬੰਦੇ ਨੇ ਕੀਤੀ ਹੈ ਔਰ ਇਹਦਾ ਕਿਉਂਕਿ ਇਸ ਨਾਲ ਦਾ ਇਹ ਕਰਕੇ ਵੀ ਕਿ ਪਤਾ ਚਲਦਾ ਹੈ ਕਿਉਂਕਿ ਜਿਹੜੇ ਮੁਸਲਮਾਨੀ ਕਿਤਾਬਾਂ ਹੁੰਦੀਆਂ ਉਹਨਾਂ ਦੇ ਤਤਕਰੇ ਪਿਛਲੇ ਪਾਸੇ ਹੁੰਦੇ ਨੇ ਜੀ ਤੇ ਇਹਨਾਂ ਦੇ ਸਾਰੇ ਜਿਹੜੇ ਨੇ ਤਤਕਰੇ ਪਿਛਲੇ ਪਾਸੇ ਨੇ ਇਹ ਵੀ ਇੱਕ ਅਹਿਮ ਜਾਣਕਾਰੀ ਹੈ ਜਿਸ ਤਰ੍ਹਾਂ ਉਰਦੂ ਦੀਆਂ ਕਿਤਾਬਾਂ ਪਿਛਲੇ ਪਾਸੇ ਤੋਂ ਸ਼ੁਰੂ ਹੁੰਦੀਆਂ ਨੇ ਇਹਦਾ ਜਿਹੜਾ ਟਤਕਰਾ ਹੈਗਾ ਪਾਵਾ ਹੈ ਕਿ ਪੂਰੀ ਕਿਤਾਬ 'ਚ ਜਿਵੇਂ ਜਿਵੇਂ ਸੰਖਿਆਵਰ ਤਰੀਕੇ ਨਾਲ ਲਿਖੀਆਂ ਹੋਈਆਂ ਕਥਾਵਾਂ ਨੇ ਉਹਨਾਂ ਦਾ ਟਤਕਰਾ ਬਿਲਕੁਲ ਪਿਛੇ ਦਿੱਤਾ ਹੈ ਇਹ ਹੀ ਬਾਬਾ ਜੀ ਬਿਲਕੁਲ ਹੀ ਬਿਲਕੁਲ ਹੁਣ ਤੁਸੀਂ ਜਿਸ ਦੇ ਦਰਸ਼ਨ ਕਰ ਰਹੇ ਹੋ ਇਹ ਅਨਜੀਤੇ ਰੰਧਾਵੇ ਦੇ ਨਾਲ ਮਹਾਰਾਜ ਬੈਠੇ ਹੋਏ ਨੇ ਕਿ ਅਸੀਂ ਗੁਰੂ ਨਾਨਕ ਸਾਹਿਬ ਦੀਆਂ ਕਈ ਪ੍ਰਕਾਰ ਦੀਆਂ ਤਸਵੀਰਾਂ ਦੇਖਦੇ ਆਂ ਜਾਂ ਹੋਰ ਦੇਖਦੇ ਆਂ ਇਹ ਤਸਵੀਰ ਮਹਾਰਾਜ ਦੀ ਕੜ ਤੋਂ ਕੜ ਵੀ 100 ਸਾਲ ਸਵਾ 100 ਸਾਲ ਪੁਰਾਣੀ ਜੋ ਹੱਥ ਨਾਲ ਚਿੱਤਰਣ ਕੀਤੀ ਹੋਈ ਹੈ ਕਿਉਂਕਿ ਅਸੀਂ ਜ਼ਿਆਦਾਤਰ ਜਿਹੜੀ ਹੈ ਮਸਵਰਾਂ ਦੀਆਂ ਬਣੀਆਂ ਹੋਈਆਂ ਤਸਵੀਰਾਂ ਨੂੰ ਹੀ ਦੇਖ ਕੇ ਗੱਲ ਕਰਦੇ ਹਾਂ ਕਿ ਇਹ ਇਹ ਗੁਨਾਹ ਸਾਹਿਬ ਦੀ ਤਸਵੀਰ ਹੋ ਸਕਦੀ ਹੈ ਲੇਕਿਨ ਤੁਸੀਂ ਅੱਜ ਪ੍ਰਾਤਨ ਤਸਵੀਰਾਂ ਨੂੰ ਦੇਖ ਕੇ ਗੱਲ ਕਹਿ ਸਕੋ ਕਿ ਇਹ ਹੈ ਇਹਦੇ ਵਿੱਚ ਸਭ ਤੋਂ ਵੱਧ ਖਾਸ ਇਹ ਹੈ ਕਿ ਮਹਾਰਾਜ ਦੇ ਪ੍ਰਕਾਸ਼ ਦੀਆਂ ਵੀ ਇਹਦੇ ਵਿੱਚ ਤਸਵੀਰਾਂ ਨੇ ਅਸੀਂ ਜਦੋਂ ਪ੍ਰਕਾਸ਼ ਪੁਰਬ ਮਾਣਦੇ ਹਾਂ ਜਾਂ ਹੋਰ ਕਰਦੇ ਹਾਂ ਤੇ ਉਸ ਸਮੇਂ ਪ੍ਰਕਾਸ਼ ਦੀਆਂ ਤਸਵੀਰਾਂ ਨਹੀਂ ਹੁੰਦੀਆਂ ਸਾਡੇ ਕੋਲ ਆਏ ਦੇ ਵਿੱਚ ਮਹਾਰਾਜ ਦੇ ਪ੍ਰਕਾਸ਼ ਦੀ ਵੀ ਤਸਵੀਰ ਹੈ ਇਹ ਮਹਾਰਾਜ ਬਾਲਕ ਰੂਪ ਵਿੱਚ ਦਾਈ ਦੋਲਤਾ ਦੇ ਗੋਦ ਵਿੱਚ ਮਹਾਰਾਜ ਬਰਾਜਮਾਨ ਨੇ ਮਾਤਾ ਤ੍ਰਿਪਤਾ ਜੀ ਮਹਤਾ ਕਲਿਆਨਦਾ ਜੀ ਪੰਡਤ ਹਰदयाल ਜੀ ਤੇ ਬਾਕੀ ਸ਼ਰਮਣੀ ਦੇਵਤੇ ਜਿਹੜੇ ਨੇ ਮਹਾਰਾਜ ਦੇ ਦਰਸ਼ਨਾਂ ਨੂੰ ਆਏ ਨੇ ਤੇ ਇਹਦੇ ਵਿੱਚ ਅਸੀਂ ਸਭ ਤੋਂ ਅਹਿਮ ਇੱਕ ਚੀਜ਼ ਜਿਹੜੀ ਆਉਂਦੀ ਹੈ ਉਹ ਆਉਂਦੀ ਹੈਗੀ ਹੈ ਕਿ ਗੁਰੂ ਅੰਗਦ ਦੇ ਮਹਾਰਾਜ ਦੇ ਇਹ ਤਸਵੀਰ ਗੁਰੂ ਅੰਗਦ ਦੇ ਮਹਾਰਾਜ ਦੀ ਹੈ ਜੋ ਪੈੜੇ ਔਰ ਮੁਖੇ ਦੇ ਕੋਲੋਂ ਲਿਖਾਈ ਜਾ ਰਹੀ ਹੈ ਇਹ ਉਸ ਸਮੇਂ ਦੀ ਤਸਵੀਰ ਹੈ ਜੀ ਸੋ ਇਹਨਾਂ ਗ੍ਰੰਥਾਂ ਦੇ ਦਰਸ਼ਨ ਕਰਨ ਲਈ ਤੁਸੀਂ ਕਿਸੇ ਵੀ ਸਮੇਂ ਪਟਿਆਲੇ ਪਹੁੰਚ ਸਕਦੇ ਹੋ ਤੇ ਦਰਸ਼ਨ ਕਰ ਸਕਦੇ ਹੋ ਜਿਸ ਵਿਅਕਤੀ ਨੇ ਵੀ ਦਰਸ਼ਨ ਕੀਤੇ ਉਹਦੀ ਜ਼ਿੰਦਗੀ ਸਫਲ ਸਮਝੋ ਅਸੀਂ ਆਪਣੇ ਇਸ ਚੈਨਲ ਦੇ ਮਾਧਿਅਮ ਰਾਹੀਂ ਇਹ ਤਸਵੀਰਾਂ ਦਿਖਾ ਕੇ ਜ਼ਿੰਦਗੀ ਸਫਲ ਕਰਨ ਦਾ ਇੱਕ ਯਤਨ ਕਰ ਰਿਹਾ ਛੋਟਾ ਜਿਹਾ ਜਿਹੜੇ ਲੋਕ ਗੁਰੂ ਨਾਨਕ ਨਾਮ ਲੇਵਾ ਸੰਗਤ ਵਾਂਗੂ ਗੁਰਨਾਨਕ ਜੀ ਪਾਸ਼ਾ ਦੇ ਨਾਮ ਨਾਲ ਜੁੜੇ ਹੋਏ ਨੇ ਉਹ ਜ਼ਰੂਰ ਇਹ ਦਰਸ਼ਨ ਕਰਨਗੇ ਤੇ ਮੈਨੂੰ ਉਮੀਦ ਹੈ ਕਿ ਆਪਨੇ ਆਪ ਲੋਕ ਖੁਸ਼ ਨਸੀਬ ਸਮਝਣਗੇ ਜਿਸ ਤਰ੍ਹਾਂ ਸੀ ਇਹ ਤੇ ਪਹੁੰਚੇ ਆ ਤੁਸੀਂ ਵੀ ਪਹੁੰਚੋ ਆਪਾ ਜੀ ਇਹ ਕੀ ਹੈ ਜੀ ਇਹ ਹੈ ਜੀ ਸੂਰਜ ਪ੍ਰਕਾਸ਼ ਗ੍ਰੰਥ ਜਿਹੜਾ ਤਕਰੀਬਨ ਤੇ ਤਕਰੀਬਨ ਪੰਜਾਂ ਤਖਤਾਂ ਤੋਂ ਇਲਾਵਾ ਅਤਿਅਸਕ ਗੁਰਦੁਆਰਿਆਂ ਤੋਂ ਇਲਾਵਾ ਹਰੇਕ ਗੁਰਧਾਮ ਤੇ ਜਿਨ੍ਹਾਂ ਦੀ ਕਥਾ ਹੁੰਦੀ ਹੈ ਸ਼ਾਮ ਵਕਤ ਜੀ ਇਹ ਸੂਰਜ ਪ੍ਰਕਾਸ਼ ਗ੍ਰੰਥ ਹੈ ਚੂੜਾ ਮਨ ਕਵੀ ਭਾਈ ਸੰਤੋਖ ਸਿੰਘ ਦਾ ਤੇ ਇਹ ਵੀ ਕਿਹਾ ਜਾਂਦਾ ਹੈ ਸੀਨਾ ਬਸੀਨਾ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਹੀ ਲਿਖਤ ਹੈ ਤੁਸੀਂ ਇਹ ਦੇਖ ਸਕਦੇ ਹੋ ਕਿ ਇਹਦੇ ਪੇਜ ਵੀ ਜਿਹੜੇ ਇਹਦੇ ਅੰਗ ਨੇ ਉਹ ਵੀ ਉਸੇ ਢੰਗ ਨਾਲ ਨੇ ਕਿ ਜਿਵੇਂ ਪ੍ਰਾ ਦੂਜੇ ਦੇ ਸਰੂਪਾਂ ਦੇ ਅੰਗ ਨੇ ਇਹਨਾਂ ਦੀ ਵੀ ਜਿਹੜੀ ਜੇ ਗੱਲ ਕੋਈ ਉਮਰਾ ਦੀ ਗੱਲ ਕੀਤੀ ਜਾਏ ਕਿ ਘਟ ਤੋਂ ਘਟਵੇ 100 ਸਾਲ ਤੋਂ ਉੱਤੇ ਦੀ ਇਹ ਉਮਰ ਹੈ ਇਸ ਪੋਥੀ ਦੀ ਆਪ ਜੀ ਇਸ ਗੁਰੂ ਘਰ ਦੇ ਵਿੱਚ ਕਦੋਂ ਤੋਂ ਸੇਵਾ ਨਿਭਾ ਰਹੇ ਹੋ ਜੀ ਮੈਨੂੰ ਉਹ ਸੇਵਾ ਕਰਦਿਆਂ ਜੀ ਅੱਜ ਮੇਰੀ ਜੇ ਗੱਲ ਕਹੀ ਜਾਏ ਕਿ 30 ਸਾਲ ਦੀ ਉਮਰ ਆ 29 ਸਾਲ ਦੀ ਉਮਰ ਹੈ ਔਰ ਮੈਨੂੰ 29 ਸਾਲ ਹੀ ਮਹਾਰਾਜ ਦਰਬਾਰ ਦੇ ਵਿੱਚ ਹੋ ਗਏ ਕਿਉਂਕਿ ਮਾਬਾ ਵੱਲੋਂ ਮੈਨੂੰ ਮਾ ਪਰਸ਼ਾ ਦੇ ਚਰਨਾਂ 'ਚ ਭੇਟ ਕਰ ਦਿੱਤਾ ਗਿਆ ਸੀਗਾ ਤੇ ਜਨਮ ਤੋਂ ਹੀ ਮੈਂ ਮਹਾਰਾਜ ਦੇ ਚਰਨਾਂ ਵਿੱਚ ਹੀ ਮਹਾਰਾਜ ਦੀ ਕਿਰਪਾ ਸਦਕਾ ਹੀ ਇਹਨਾਂ ਦੀ ਸੇਵਾ ਸੰਭਾਲ ਕਰ ਰਿਹਾ ਸੋ ਬੜਾ ਪਰਮਾਤਮਾ ਵੱਲੋਂ ਇੱਕ ਮਿਹਰ ਹੁੰਦੀ ਹੈ ਜਦੋਂ ਕਿਸੇ ਵਿਅਕਤੀ ਨੂੰ ਐਸਾ ਅਸੀਸ ਮਿਲਦਾ ਹੈ ਐਸੇ ਗੁਰੂ ਘਰ ਦੇ ਵਿੱਚ ਕੁਝ ਇਤਿਹਾਸਿਕ ਸ਼ਸਤਰ ਵੀ ਹੈਗੇ ਨੇ ਜਿਨ੍ਹਾਂ ਦਾ ਦਰਸ਼ਨ ਕਰਵਾਵਾਂਗੇ ਸੋ ਜਿਸ ਤਰ੍ਹਾਂ ਗੁਰੂ ਸੰਗਤਾਂ ਗੁਰੂ ਘਰ ਵਿੱਚ ਆ ਕੇ ਆਪਣਾ ਸੇਸ਼ ਨਵਾਉਂਦਿਆਂ ਨੇ ਸਾਡਾ ਵੀ ਸੇਸ਼ ਉਸੇ ਤਰ੍ਹਾਂ ਹੀ ਨਤਮਸਤਕ ਹੋ ਰਿਹਾ ਹੈ ਤੇ ਇਲਾਦੇ ਇਤਿਹਾਸਿਕ ਗ੍ਰੰਥਾਂ ਦੇ ਦਰਸ਼ਨ ਕਰਕੇ ਸਾਡਾ ਵੀ ਜੀਵਨ ਜਿਸ ਤਰ੍ਹਾਂ ਸਫਲ ਹੋ ਗਿਆ ਹੈ ਉਮੀਦ ਹੈ ਕਿ ਸਾਡੇ ਇਸ ਚੈਨਲ ਦੇ ਉੱਪਰ ਉਹਨਾਂ ਤਸਵੀਰਾਂ ਦੇਖ ਕੇ ਤੁਹਾਡਾ ਵੀ ਜਿਹੜਾ ਜੀਵਨ ਹੈ ਸਫਲ ਹੋ ਰਿਹਾ ਹੋਗਾ 100 ਸਾਲ ਤੋਂ ਪੁਰਾਣੀਆਂ ਜਿਹੜੀਆਂ ਗ੍ਰੰਥ ਨੇ ਪੱਥਰ ਨਾਲ ਛਪੀ ਹੋਈ ਜਿਹੜੀ ਪ੍ਰੈਸ ਹੈ ਪਹਿਲਾ ਛਾਪਾ ਜਿਹੜਾ ਹੈਗਾ ਉਧੇ ਜਿਹੜੇ ਗ੍ਰੰਥ ਨੇ ਉਹਨਾਂ ਦਾ ਤੁਹਾਨੂੰ ਦਰਸ਼ਨ ਕਰਵਾਏ ਨੇ ਕਿਸ ਤਰ੍ਹਾਂ ਤੁਹਾਨੂੰ ਲੱਗਾ ਇਹ ਕਮੈਂਟ ਚ ਜਵਰ ਦੱਸਣਾ ਤੇ ਇਸ ਵੀਡੀਓ ਨੂੰ ਹੋ ਸਕੇ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਨਾਨਕ ਨਾਮ ਲੈਵਾ ਸੰਗਤ ਵੱਧ ਤੋਂ ਵੱਧ ਇਸ ਤੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾ ਸਕੇ ਜਿਸ ਤਰ੍ਹਾਂ ਤੁਹਾਨੂੰ ਇਤਿਹਾਸਿਕ ਗ੍ਰੰਥਾਂ ਦੇ ਦਰਸ਼ਨ ਕਰਵਾਏ ਨੇ ਉਸੇ ਤਰ੍ਹਾਂ ਹੀ ਹੁਣ ਕੁਝ ਇਤਿਹਾਸਿਕ ਸ਼ਸਤਰਾਂ ਦੇ ਦਰਸ਼ਨ ਕਰਵਾਉਣ ਜਾ ਰਹੀਆਂ ਜੋ ਕਿ ਉਸੇ ਗੁਰੂ ਘਰ ਦੇ ਵਿੱਚ ਨੇ ਸੇਵਾ ਸੰਭਾਲ ਉਸੇ ਤਰ੍ਹਾਂ ਕੀਤੀ ਜਾ ਰਹੀ ਹੈ ਆਪਾਂ ਗੱਲ ਕਰਦੇ ਹਾਂ ਬਾਬਾ ਜੀ ਨਾਲ ਬਾਬਾ ਜੀ ਉਹ ਦਰਸ਼ਨ ਵੀ ਕਰਵਾਓ ਜਿਹੜੇ ਸ਼ਸਤਰ ਆਪਣੇ ਕੋਲ ਪਏ ਹੈਗੇ ਨੇ ਸਤਸੰਗ ਜੀ ਇਹ ਉਹ ਸ਼ਸਤਰ ਹੈ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਮੁਗਲਾਂ ਦੇ ਅੰਤ ਦਾ ਕਾਰਨ ਕਿ ਇਹਨੂੰ ਕਿਸ ਤਰ੍ਹਾਂ ਕਿ ਸਿੱਖ ਰਾਜ ਦਾ ਸਥਾਪਨ ਹੋਣ ਤੋਂ ਪਹਿਲਾਂ ਮੁਗਲਾਂ ਦਾ ਆਉਣਾ ਬੰਦ ਕੀਤਾ ਤਾਂ ਉਸ ਸਮੇਂ ਮਿਸਲਾਂ ਦੇ ਵਕਤ ਇਹ ਸ਼ਸਤਰ ਦਾ ਜਿਹੜਾ ਬਹੁਤ ਵੱਡੀ ਭੂਮਿਕਾ ਰਹੀ ਹੈ ਮਹਾਰਾਜ ਦੀ ਬਾਣੀ ਚਾਹੁੰਦਾ ਹੈ ਅਸਕਰਪਾਨ ਖੰਡੋ ਖੜਕ ਤਪ ਤਬਰ ਅਰਤੀਰ ਸਾਹਿਬ ਸਰੋਈ ਸੈਤੀ ਇਹ ਹਮਾਰੇ ਪੀਰ ਸਤਿਗੁਰੂ ਨੇ ਜਿਥੇ ਸ਼ਸਤਰ ਨੂੰ ਪੀਰ ਕਹਿ ਕੇ ਪੂਜਿਆ ਉਥੇ ਸ਼ਸਤਰਾਂ ਦੀ ਖਾਸियत ਇਹ ਹੈ ਕਿ ਇਹਨਾਂ ਨੇ ਸਮੇਂ-ਸਮੇਂ ਖਾਲਸੇ ਪੰਥ ਦੀ ਵਿੱਚ ਬਹੁਤ ਅਹਿਮ ਭੂਮਿਕਾ ਵੀ ਨਿਭਾਈ ਹੈ ਉਹ ਇਸ ਸ਼ਸਤਰ ਨੂੰ ਬਾਬਾ ਜੀ ਕਹਿੰਦੇ ਕਿ ਨਹੀਂ ਪਹਿਲਾਂ ਇਹ ਦੱਸੋ ਜੀ ਇਹ ਸ਼ਸਤਰ ਦਾ ਨਾਮ ਹੈ ਜੀ ਤਬਰ ਤਬਰ ਇਹ ਤਬਰ ਹੈ ਜੀ ਇਸ ਦਾ ਤੇ ਇਹ ਸਿਰਫ ਆਫ ਹੱਲ ਹੈ ਜਿਹੜਾ 18 ਇੰਚ ਦਾ ਇਹ ਰੇਅਰ ਹੈ ਕਿਉਂਕਿ ਜਦੋਂ ਅੰਗਰੇਜ਼ ਆਂਦੇ ਨੇ ਤੇ ਅੰਗਰੇਜ਼ਾਂ ਦਾ ਸਭ ਤੋਂ ਪਹਿਲਾ ਕਾਰਨ ਸੀ ਆਂਦਾ ਸੀਗਾ ਕੇ ਖਾਲਸੇ ਕੋਲੋਂ ਉਹਨਾਂ ਦੇ ਸ਼ਸਤਰ ਲੈ ਲੈ ਜਾਣ ਕਿ ਆਉਣ ਵਾਲੀਆਂ ਨਸਲਾਂ ਆਪਣੇ ਬਜ਼ੁਰਗਾਂ ਨੂੰ ਆਪਣੇ ਸ਼ਹੀਦਾਂ ਨੂੰ ਆਪਣੇ ਯੋਧਿਆਂ ਨੂੰ ਯਾਦ ਨਾ ਰੱਖ ਸਕਣ ਤੇ ਸਾਡੇ ਬਜ਼ੁਰਗਾਂ ਨੇ ਉਸ ਯਾਦ ਨੂੰ ਬਰਕਰਾਰ ਰੱਖਣ ਵਾਸਤੇ ਇਹ ਉਸ ਸਮੇਂ ਕੁਝ ਸਮੇਂ ਲਈ ਇਹ ਧਰਤੀ ਦੋਜ ਕਰ ਦਿੱਤਾ ਸੀਗਾ ਤੇ ਉਹਦੇ ਕਾਰਨ ਜਿਹੜਾ ਇਹਦੇ ਮੋਹਰ ਲੱਗੀ ਸੀ ਜਾਂ ਹੋਰ ਸੀਗਾ ਉਹ ਮਿਟ ਚੁੱਕੇ ਨੇ ਲੇਕਿਨ ਆ ਹਫਲਾ ਜਿਹੜਾ ਇਸ ਸਮੇਂ ਇਅਰ ਰਹਿ ਏਰੀਆ ਰਹਿਗਾ ਅਸੀਂ ਮੁਰਲੇ ਪਾਛੇ ਕੋਸੇ ਇਹ ਦੇਖ ਰਿਹਾ ਕਿ ਜਿਸ ਤਰ੍ਹਾਂ ਇਹਨਾਂ ਉੱਪਰ ਪ੍ਰਹਾਰ ਦੇ ਨਿਸ਼ਾਨ ਬਣੇ ਹੁੰਦੇ ਨੇ ਟੱਕ ਲੱਗੇ ਹੁੰਦੇ ਨੇ ਇਹ ਵੀ ਉਸ ਸਮੇਂ ਦੇ ਹੈਗੇ ਨੇ ਹਾਂਜੀ ਉਸੇ ਸਮੇਂ ਦੇ ਨੇ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਹਿੰਦੂਸਤਾਨ ਆਂਦਾ ਹੈ ਹਿੰਦੂਸਤਾਨ ਨੂੰ ਲੁੱਟਣ ਤੋਂ ਬਾਅਦ ਵਾਪਸ ਜਾਂਦਾ ਹੈ ਤੇ ਹਰਮੰਦਰ ਸਾਹਿਬ ਨੂੰ ਪੂਰਦਾ ਹੈ ਇਹ ਉਸ ਸਮੇਂ ਹਰਮੰਦਰ ਸਾਹਿਬ ਦਾ ਜੋ ਬਦਲਾ ਲਿਆ ਗਿਆ ਸੀ ਉਹ ਇਸੇ ਸ਼ਸਤਰ ਦੇ ਨਾਲ ਉਹਦੇ ਪੁੱਤਰ ਨੂੰ ਮਾਰ ਕੇ ਤੇ ਉਹਦਾ ਹਰਮੰਦਰ ਸਾਹਿਬ ਦਾ ਜਿਹੜਾ ਬਦਲਾ ਲਿਆ ਗਿਆ ਸੀਗਾ ਨਵਾਬ ਕਪੂਰ ਸਿੰਘ ਸਾਹਿਬ ਜੀ ਦਾ ਇਹ ਸ਼ਸਤਰ ਹੈ ਜੀ ਤੇ ਜੋ ਸਾਡੇ ਕੋਲੇ ਮੇਰੇ ਨੂੰ ਜੇ ਗੱਲ ਕਹਦੇ ਪੁੱਛ ਦਰ ਪੁੱਛ ਚੱਲੇ ਆ ਰਿਹਾ ਹੈ ਕਿ ਸੰਤ ਬਾਬਾ ਮੋਹਨ ਸਿੰਘ ਜੀ ਮਹਾਰਾਜ ਤੋਂ ਬਾਅਦ ਸੰਤ ਬਾਬਾ ਪ੍ਰੀਤਮ ਸਿੰਘ ਜੀ ਨੂੰ ਪ੍ਰਾਪਤ ਹੋਇਆ ਤੇ ਉਹਨਾਂ ਤੋਂ ਅੱਗੇ ਇਹ ਮੈਨੂੰ ਪ੍ਰਾਪਤ ਹੋਇਆ ਜੀ ਇਹ ਪੀੜੀ ਦਰ ਪੀੜੀ ਤੁਸੀਂ ਸੇਵਾ ਕਰਦੇ ਆ ਰਹੇ ਹੋਗੇ ਹਾਂ ਜੀ ਤੇ ਜੇਕਰ ਗੱਲ ਕੀਤੀ ਜਾਵੇ ਕਿ ਇਹ ਕਿਹੜੇ ਕਿਹੜੇ ਇਹ ਜੇ ਮੁਕਾਬਲੇ ਹੋਣ ਜਿਨ੍ਹਾਂ ਵਿੱਚ ਇਹਨੂੰ ਇਸਤੇਮਾਲ ਕੀਤਾ ਗਿਆ ਹੈ ਮੈਦਾਨੇ ਜੰਗ ਦੇ ਵਿੱਚ ਹੱਥੋ-ਹੱਥ ਦੀ ਲੜਾਈ ਦੇ ਵਿੱਚ ਤਾਂ ਤਕਰੀਬਨ ਕਈ ਜੰਗਾਂ 'ਚ ਇਹ ਕੀਤਾ ਗਿਆ ਪਰ ਇਹਦਾ ਸਭ ਤੋਂ ਵੱਧ ਜਿਹੜਾ ਹੈ ਜਿਹਦੇ ਇਤਿਹਾਸ ਵਿੱਚ ਨਾਮ ਪੜੀਏ ਤੇ ਇਹ ਆਖਰੀ ਜੋ ਅਹਿਮਦ ਸ਼ਾਹ ਅਬਦਾਲੀ ਨਾਲ ਜੰਗ ਹੋਈ ਹੈ ਉਹਦੇ ਵਿੱਚ ਇਸ ਦਾ ਜ਼ਿਕਰ ਆਉਂਦਾ ਜੀ ਜ਼ਿਕਰ ਆਉਂਦਾ ਹੈਗਾ ਇਸ ਤੋਂ ਇਲਾਵਾ ਹੋਰ ਵੀ ਕੁਝ ਸ਼ਸਤਰ ਹੈਗੇ ਨੇ ਜਿਹੜੇ ਤੁਹਾਨੂੰ ਮਿਲੇ ਹੋਣ ਜਾਂ ਤੁਸੀਂ ਸਿਆਣ ਸਮਹਾਲ ਕਰ ਰਹੇ ਹੋ ਮਹਾਰਾਜ ਦੇ ਦਰਬਾਰ ਦੇ ਵਿੱਚ ਇਤਿਹਾਸਕ ਤਾਂ ਇਹ ਸ਼ਸਤਰ ਹੈ ਜੀ ਇਸ ਸਮੇਂ ਹੋਰ ਨਹੀਂ ਹੋਰ ਨਹੀਂ ਹੈਗੇ ਹਾਂਜੀ ਹੋਰ ਜਿਹੜੇ ਜੋ ਸ਼ਸਤਰ ਨੇ ਉਹ ਮਿੱਤਰਾਂ ਵੱਲੋਂ ਜਾਂ ਪ੍ਰੇਮੀਆਂ ਵੱਲੋਂ ਭੇਟ ਹੋਇਆ ਸ਼ਸਤਰ ਨੇ ਉਹ ਨਹੀਂ ਪਰ ਜੇ ਇਤਿਹਾਸ ਨਾਲ ਗੱਲ ਕੀਤੀ ਜਾਤੇ ਇਤਿਹਾਸਕ ਤੱਤ ਤੋਂ ਇਹ ਸ਼ਸਤਰ ਹੈ ਜੀ ਇਤਿਹਾਸਕ ਤੱਤ ਤੋਂ ਇਹ ਹੀ ਸ਼ਸਤਰ ਹੈਗਾ ਤੇ ਜਦੋਂ ਇਹਦੀ ਸੇਵਾ ਕਰਦੇ ਹੋ ਰੋਜ਼ਾਨਾ ਇਹਨੂੰ ਦੇਖਦੇ ਹੋ ਦਰਸ਼ਨ ਬੰਨਿਓ ਕਿਸ ਤਰ੍ਹਾਂ ਦੀ ਊਰਜਾ ਜਿਹੜੀ ਦੇਖਣ ਨੂੰ ਮਿਲਦੀ ਹੈ ਗੱਲ ਇਹ ਹੈ ਜੀ ਕਿ ਸਤਗੁਰ ਦੇ ਦਰਸ਼ਨਾਂ ਦੇ ਨਾਲ ਸ਼ਸਤਰ ਦਾ ਦਰਸ਼ਨ ਬਹੁਤ ਅਹਿਮੀਅਤ ਰੱਖਦੇ ਨੇ ਕਿਉਂਕਿ ਸਤਗੁਰ ਦੇ ਮਹਾਰਾਜ ਗੱਲ ਕਹਿੰਦੇ ਨੇ ਜਦ ਹਮਰੇ ਦਰਸ਼ਨ ਕੋ ਆਉ ਹੋਏ ਸੁਚੇਤ ਸ਼ਸਤਰ ਸਜਾਓ ਜਿੱਥੇ ਸਤਗੁਰ ਨੇ ਸ਼ਸਤਰਾਂ ਦੀ ਮਹਾਨਤਾ ਦਿੱਤੀ ਹੈ ਕਿ ਕੋਈ ਵੀ ਮੰਨ ਦੇ ਵਿੱਚ ਕੋਈ ਫੁਰਨਾ ਹੋਵੇ ਕੁਝ ਹੋਵੇ ਇਹ ਸ਼ਸਤਰਾਂ ਨੂੰ ਦਰਸ਼ਨ ਕਰਦੇ ਆ ਸਾਰੀ ਜਿਹੜਾ ਹੈ ਮਨੋ ਕਾਮਨਾ ਪੂਰਨ ਹੋ ਜਾਂਦੀ ਹੈ ਜੀ ਇੱਕ ਵਾਰ ਫਿਰ ਵਿਸਤਾਰ ਤੋਂ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਇਹ ਦੱਸੋ ਕਿ ਇਸ ਸ਼ਸਤਰ ਨੂੰ ਕਿਉਂਕਿ ਆਮ ਪੰਜਾਬੀ ਲੋਕ ਦੇਖ ਕੇ ਉਹਨੂੰ ਕਹਣਗੇ ਗਨਾਸਾ ਜਾਂ ਕੁਛ ਇਸ ਤਰ੍ਹਾਂ ਦਾ ਲਫ਼ਜ਼ ਵਰਤਨਗੇ ਜੀ ਇਸ ਸ਼ਸਤਰ ਨੂੰ ਹਕੀਕਤ 'ਚ ਕੀ ਕਿਹਾ ਜਾਂਦਾ ਸੀਗਾ ਤੇ ਕੌਣ ਇਹਨਾਂ ਨੂੰ ਆਪਣੇ ਕੋਲ ਰੱਖਦੇ ਸੀਗੇ ਉਸ ਵੇਲੇ ਇਹ ਇਸ ਸ਼ਸਤਰ ਦਾ ਨਾਮ ਹੈ ਜੀ ਤਬਰ ਇਸ ਨੂੰ ਤਬਰ ਕਹਿੰਦੇ ਨੇ ਤੇ ਇਹ ਬਹੁਤ ਜਿਹੜੇ ਗੱਲ ਕਹਿ ਰਹੀ ਵੀ ਕਿ ਬਹੁਤ ਭਾਰਾ ਸ਼ਸਤਰ ਹੁੰਦਾ ਹੈ ਤੇ ਇਸ ਸ਼ਸਤਰ ਨੂੰ ਚਲਾਉਣ ਵਾਸਤੇ ਵੀ ਬਹੁਤ ਬਲਵਾਨ ਜਰਨੈਲ ਦੀ ਜ਼ਰੂਰਤ ਹੁੰਦੀ ਹੈ ਇਹ ਤਕਰੀਬਨ ਦੇ ਤਕਰੀਬਨ ਜਰਨੈਲਾ ਦੇ ਕੋਲ ਇਹ ਸ਼ਸਤਰ ਪਾਏ ਜਾਂਦੇ ਸੀਗੇ ਜੀ ਜੀ ਜਿਨ੍ਹਾਂ ਕੋਲੋਂ ਤੁਹਾਡੇ ਕੋਲ ਆਏ ਉਹਨਾਂ ਦਾ ਪੂਰਾ ਸੰਪੂਰਨ ਨਾਮ ਦੱਸੋ ਤੁਸੀਂ ਹਾਲਾਂਕਿ ਪਹਿਲਾਂ ਦੱਸੋ ਕਿਉਂ ਇੱਕ ਵਾਰ ਫੇਰ ਤੋਂ ਸੰਪੂਰਨ ਦੱਸੋ ਤਾਂ ਕਿ ਜਿਹੜੇ ਦਰਸ਼ਕ ਦੇਖ ਰਹੇ ਨੇ ਸਾਡੇ ਨਾਲ ਹੁਣ ਜੋੜੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਇਹ ਸ਼ਸਤਰ ਸਭ ਤੋਂ ਪਹਿਲਾਂ ਪ੍ਰਾਪਤ ਹੋਇਆ ਸੀਗਾ ਨਵਾਬ ਕਪੂਰ ਸਿੰਘ ਜੀ ਦੇ ਉਹਨਾਂ ਦੇ ਜੋ ਵੰਸ਼ ਸੀਗੇ ਉਹਨਾਂ ਕੋਲੋਂ ਸੰਤ ਬਾਬਾ ਮੋਹਨ ਸਿੰਘ ਜੀ ਖਾਲਸਾ ਬਰਾੜੇ ਵਾਲਿਆਂ ਨੂੰ ਜੋ 10 ਦੇ ਦਾਦਾ ਮਹਾਰਾਜ ਨੇ ਤੇ ਉਹਨਾਂ ਤੋਂ ਅੱਗੋਂ ਦੀ ਗੱਦੀ ਪ੍ਰਾਪਤ ਹੋਈ ਸੰਤ ਬਾਬਾ ਮੋਹਨ ਸਿੰਘ ਜੀ ਖਾਲਸਾ ਪਟਿਆਲ ਬਰਾੜੇ ਵਾਲਿਆਂ ਤੋਂ ਬਾਬਾ ਪ੍ਰੀਤਮ ਸਿੰਘ ਜੀ ਪਟਿਆਲੇ ਵਾਲਿਆਂ ਨੂੰ ਇਹ ਉਹਨਾਂ ਕੋਲ ਪਹੁੰਚਿਆ ਤੇ ਉਹਨਾਂ ਤੋਂ ਅੱਗੋਂ ਹੁਣ ਮੈਨੂੰ 10 ਨੂੰ ਪ੍ਰਾਪਤ ਹੋਇਆ ਸ਼ਸਤਰ ਆ ਸੋ ਬਾਬਾ ਸਰਬ ਜੋ ਜੀ ਸਾਨੂੰ ਦਰਸ਼ਨ ਕਰਾ ਰਹੇ ਨੇ ਉਸ ਇਤਿਹਾਸਿਕ ਸ਼ਸਤਰ ਦੇ ਜੋ ਕਈ ਸੋ ਸਾਲ ਪੁਰਾਣੇ ਨੇ ਕਈ ਜੰਗਾਂ ਦੇ ਵਿੱਚ ਉਹਨਾਂ ਨੇ ਹਿੱਸਾ ਲਿੱਤਾ ਹੈ ਬਾਬਾ ਜੀ ਜਿਹੜੇ ਸ਼ਸਤਰ ਨੇ ਇਹਨਾਂ ਸ਼ਸਤਰਾਂ ਦੀ ਪੂਜਾ ਅਰਚਨਾ ਜ਼ਰੂਰ ਹੁੰਦੀ ਹੈ ਅਸੀਂ ਕਈ ਸਣਾ ਉੱਪਰ ਦੇਖਿਆ ਹੈਗਾ ਕਿ ਸ਼ਸਤਰਾਂ ਦੀ ਪੂਜਾ ਹੁੰਦੀ ਹੈ ਬਾਕਾਇਦਾ ਜੇ ਪਟਨਾ ਸਾਹਿਬ ਦੀ ਗੱਲ ਕੀਤੀ ਜਾਵੇ ਉੱਥੇ ਰੋਜ਼ਾਨਾ ਸ਼ਸਤਰਾਂ ਦੇ ਤੁਹਾਡੇ ਨੂੰ ਦਰਸ਼ਨ ਵੀ ਕਰਵਾਏ ਜਾਂਦੇ ਨੇ ਸਾਲ ਚ ਇੱਕ ਵਾਰੀ ਪੂਜਾ ਅਰਚਨਾ ਹੁੰਦੀ ਹੈ ਕਿ ਇੱਥੇ ਤਾਂ ਵੀ ਕਿਹੋ ਇਤਿਹਾਸ ਜੁੜਿਆ ਇਸ ਨਾਲ ਹਾਂਜੀ ਕਿ ਤੁਸੀਂ ਜ਼ਿਆਦਾਤਰ ਤੁਸੀਂ ਜਦੋਂ ਤਖਤਾਂ ਤੇ ਜਾਓਗੇ ਤੇ ਤੁਹਾਨੂੰ ਸਭ ਤੋਂ ਪਹਿਲਾਂ ਗੁਰੂ ਸਾਹਿਬਾਂ ਦੇ ਗੁਰੂਕਾਲ ਦੇ ਜਾਂ ਮਿਸਲਾਂ ਦੇ ਸਮਿਆਂ ਦੇ ਸ਼ਹੀਦਾਂ ਦੇ ਜਿਹੜੇ ਦਰਸ਼ਨ ਉਹ ਕਰਵਾਏ ਜਾਂਦੇ ਨੇ ਸ਼ਸਤਰਾਂ ਦੇ ਉਸੇ ਤਰ੍ਹਾਂ ਸਾਲ ਦੇ ਵਿੱਚ ਜਿਹੜਾ ਇੱਕ ਸਮੇਂ ਤੇ ਗੁਰੂ ਗ੍ਰੰਥ ਸਾਹਿਬ ਜੀ ਤਾਜ ਪੋਸ਼ੀ ਵਕਤ ਇਹ ਸਾਰੇ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੋਥੀਆਂ ਦਰਸ਼ਨ ਕਰਾਏ ਜਾਂਦੇ ਨੇ ਉੱਥੇ ਹੀ ਜਿਹੜਾ ਇਹ ਸ਼ਸਤਰ ਦੇ ਵੀ ਦਰਸ਼ਨ ਕਰਾਏ ਜਾਂਦੇ ਕਿਉਂਕਿ ਦੀਵਾਲੀ ਦਾ ਸਮਾਂ ਇੱਕ ਐਸਾ ਸਮਾਂ ਹੁੰਦਾ ਹੈ ਕਿ ਜਦੋਂ ਇਹ ਸ਼ਸਤਰਾਂ ਦੀ ਬਕਾਇਦਾ ਪੂਜਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀ ਪੂਜਾ ਹੁੰਦੀ ਹੈ। ਕਈ ਸਥਾਨਾਂ ਦੇ ਉੱਪਰ ਅਸੀਂ ਦੇਖਦੇ ਹਾਂ ਕਿ ਬਲੀ ਵੀ ਦਿੱਤੀ ਜਾਂਦੀ ਹੈਗੀ ਹੈ। ਸ਼ਸਤਰਾਂ ਨੂੰ ਪੂਜਨਤਵਾਦ ਰ ਬਲੀ ਦਿੱਤੀ ਜਾਂਦੀ ਹੈ। ਇਹਨਾਂ ਨੂੰ ਰਖਤ ਦਿੱਤਾ ਜਾਂਦਾ ਹੈ। ਇਹਨਾਂ ਦੇ ਉੱਪਰ ਵੀ ਉਸੇ ਤਰ੍ਹਾਂ ਦੀ ਹੀ ਪੂਜਾ ਅਰਚਨਾ ਹੁੰਦੀ ਹੈ। ਹਾਂਜੀ ਪੂਜਾ ਅਰਚਨਾ ਇਸੇ ਹਿਸਾਬ ਨਾਲ ਹੀ ਹੁੰਦੀ ਹੈ। ਲੇਕਿਨ ਉਰੇ ਥੋੜਾ ਜਿਹਾ ਜੇ ਗੱਲ ਕੀਤੀ ਜਾਵੇ ਕਿ ਮਹਾਰਾਜ ਦਰਬਾਰ ਦੇ ਵਿੱਚ ਥੋੜਾ ਜਿਹਾ ਇਸ ਦਾ ਡਿਫਰੈਂਟ ਹੁੰਦੀ ਹੈ। ਜੀ। ਕਿ ਬਾਕੀ ਜहां ਤੇ ਤੁਸੀਂ ਦੇਖੋਗੇ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ ਜਾਂ ਹੋਰ ਕਿਸੇ ਜੀਵ ਦੀ ਬਲੀ ਦਿੱਤੀ ਜਾਂਦੀ ਹੈ ਤੇ ਮਹਾਰਾਜ ਦਰਬਾਰ ਦੇ ਵਿੱਚ ਇਸ ਨੂੰ ਨਾਰੀਅਲ ਦੀ ਬਲੀ ਕੇਲਾ ਗੰਨਾ ਤੇ ਆਪਣੇ ਹੱਥ ਦਾ ਰਤ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ। ਇਹ ਆਖਿਰ ਦਿਨ ਦੇ ਵਿੱਚ ਦੇ ਰਹੇ ਨੇ ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਪੁਜਾਰੀਆਂ ਚਾ ਵੀ ਕੀਤਾ ਜਾਂਦੀ ਕੋਈ ਪਾਠ ਵੀ ਪੜੇ ਜਾਂਦੇ ਹੈਗੇ ਨੇ। ਹਾਂਜੀ ਇਹ ਦਸਹਿਰੇ ਦੇ ਜਿਹੜੇ 9 ਦਿਨ ਹੁੰਦੇ ਨੇ ਉਹਨਾਂ ਦੇ ਵਿੱਚ 9 ਦਿਨਾਂ ਦੇ ਵਿੱਚ ਇਹਨਾਂ ਦਾ ਵਿਧੀ ਵਿਵਹਾਰ ਨਾਲ ਜਿਹੜਾ ਇਹ ਪੂਜਾ ਅਰਚਨਾ ਕੀਤੀ ਜਾਂਦੀ ਹੈ ਜੋ ਗੁਰੂ ਮਹਾਰਾਜ ਦੇ ਸਮੇਂ ਤੋਂ ਜਿਸ ਸਮਾਂ ਨਾਲ ਮਹਾਰਾਜ ਦੇ ਹੁਕਮ ਅਨੁਸਾਰ ਚੱਲੀ ਆ ਰਹੀ ਹੈ ਉਸ ਸਮੇਂ ਦੇ ਅਨੁਸਾਰ ਹੀ ਜਿਹੜਾ ਅੱਜ ਵੀ ਉਸੇ ਵਿਧੀ ਵਿਵਹਾਰ ਦੇ ਨਾਲ ਪੂਜਾ ਅਰਚਨਾ ਮਹ ਦਰਵਾਜੇ ਕੀਤੀ ਜਾਂਦੀ ਹੈ ਸੋ ਸ਼ਸਤਰਾਂ ਨੂੰ ਸਾਹ ਸੰਭਾਲ ਦੇ ਨਾਲ ਨਾਲ ਪੂਜਾ ਅਰਚਨਾ ਵੀ ਬੇਹਦ ਜ਼ਰੂਰੀ ਹੁੰਦੀ ਹੈ ਅਗਰ ਪੂਜਾ ਅਰਚਨਾ ਲਾ ਕੀਤੀ ਜਾਵੇ ਰਖਤ ਨਾ ਦਿੱਤਾ ਜਾਵੇ ਤਾਂ ਕਿਸੇ ਵੀ ਵੇਲੇ ਸ਼ਸਤਰ ਆਪਣਾ ਜਿਹੜਾ ਹੈਗਾ ਰਖਤ ਲੈ ਸਕਦਾ ਹੈਗਾ ਬਾਬਾ ਜੀ ਮੈਂ ਜੇਕਰ ਕਲਕਾਂ ਤਾਂ ਸਹੀ ਗੱਲ ਹੈ ਜੀ ਇਹ ਬਿਲਕੁਲ ਜੀ ਮਹਾਰਾਜ ਦੇ ਤੁਸੀਂ ਕਈ ਥਾਵਾਂ ਤੋਂ ਦੇਖੋਗੇ ਕਿ ਜਿੱਥੇ ਮਤਲਬ ਕਿ ਮੰਦਰ ਵਿੱਚ ਹੀ ਨਹੀਂ ਗੁਰਦੁਆਰਿਆਂ ਵਿੱਚ ਹੀ ਨਹੀਂ ਹੋਰ ਵੀ ਕਈ ਜਗ੍ਹਾਾਂ ਤੇ ਜਾਂ ਕਿਸੇ ਘਰਾਂ ਦੇ ਵਿੱਚ ਕੋਈ ਪ੍ਰਾਤਨ ਸ਼ਸਤਰ ਪਿਆ ਹੈ ਤਾਂ ਉੱਥੇ ਤੁਸੀਂ ਦੇਖੋਗੇ ਕਿ ਉਹ ਸ਼ਸਤਰ ਦੇ ਨਾਲ ਕਿਸੇ ਨਾ ਕਿਸੇ ਦਾ ਪਰਿਵਾਰਿਕ ਜਾਂ ਕਿਸੇ ਹੋਰ ਦਾ ਕਤਲ ਹੋ ਜਾਂਦਾ ਹੈ ਉਹ ਜਿਹੜਾ ਸ਼ਸਤਰ ਹੈ ਆਪਣੇ ਆਪ ਸਮੇਂ ਅਨੁਸਾਰ ਜਦੋਂ ਇਹ ਭੁੱਖ ਨਾ ਮਿਟਾਈ ਜਾਵੇ ਕਾ ਉਹ ਆਪਣਾ ਜਿਹੜਾ ਖੂਨ ਦਾ ਰਤ ਦਾ ਉਹ ਆਪਣਾ ਲੈ ਲੈਂਦਾ ਜੀ ਸ੍ਰੀ ਸਾਹਿਬ ਤੁਹਾਡੇ ਹੱਥ ਚ ਹੈ ਬਹੁਤ ਹੀ ਬਿਹਤਰ ਬਣਤਰ ਹੈ ਦੇਖ ਕੇ ਪ੍ਰਤਨ ਲੱਗ ਰਿਹਾ ਕਿ ਇਹਨੇ ਪੁਰਾਣੇ ਹੈਗੇ ਨੇ ਜੀ ਇਹ ਸ੍ਰੀ ਸਾਹਿਬ ਘੱਟੋ ਘੱਟ 220 ਸਾਲ ਪੁਰਾਣੀ ਹੈ ਜੀ ਕਿ ਜਦੋਂ ਨਿਜ਼ਾਮ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਮਦਦ ਮੰਗੀ ਸੀਗੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਜਿਹੜੀ ਹੈ ਫੌਜ ਟੁਕੜੀ ਭੇਜੀ ਸੀ ਲਾਹੌਰੀ ਫੌਜ ਭੇਜੀ ਸੀਗੀ ਜੋ ਅੱਜ ਵੀ ਉੱਥੇ ਮੌਜੂਦ ਹੈ ਹైదరాబాద్ ਦੇ ਵਿੱਚ ਇਹ ਉੱਥੇ ਦੀ ਸੰਗਤ ਦੇ ਮਹਾਰਾਜ ਦਰਬਾਰ ਵਿੱਚ ਤੋਹਫ਼ਾ ਭੇਜਿਆ ਤੇ ਇਹ ਸ਼ਸਤਰ ਜਿਹੜਾ ਹੈ ਘੱਟ ਤੋਂ ਘੱਟ ਵੀ ਜੇ ਗੱਲ ਕਹੀ ਜਾਵੇ 200 ਤੋਂ 250 ਸਾਲ ਪੁਰਾਣਾ ਸ਼ਸਤਰ ਹੈ ਇਹ ਇਸ ਸ਼ਸਤਰ ਨੂੰ ਅਸੀਂ ਦੇਖ ਰਿਹਾ ਕਿ ਜਦੋਂ ਸਿਰ ਸੌ ਨੂੰ ਪਕੜਦੇ ਆ ਪੂਰਾ ਬਲ ਲੱਗਦਾ ਹੈਗਾ ਭਾਰੀ ਹੁੰਦੀ ਹੈ ਤੁਸੀਂ ਬਹੁਤ ਆਰਾਮ ਨਾਲ ਪਕੜਿਆ ਹੋਇਆ ਹੈ ਇਸ ਦਾ ਜੇ ਗੱਲ ਦੇਖੀ ਜਾਵੇ ਜੇ ਫੁਲਾਦ ਦੀ ਤਲਵਾਰ ਹੈ ਤੇ ਬਿਲਕੁਲ ਫੁੱਲ ਵਾਂਗੂ ਜੇ ਗੱਲ ਕਰੀ ਇੱਕ ਪਾਸੇ ਗੁਲਾਬ ਦਾ ਫੁੱਲ ਅਖ ਰਿੱਤਾ ਜਾਵੇ ਤੇ ਇੱਕ ਪਾਸੇ ਇਸ ਤਲਵਾਰ ਨੂੰ ਰੱਖ ਦਿੱਤਾ ਜਾਵੇ ਤੇ ਦੋਨਾਂ ਦਾ weight ਇੱਕ ਬਰਾਬਰ ਹੋ ਜਾਏਗਾ ਜੀ ਮਜ਼ਬੂਤੀ ਹੁੰਦੀ ਹੋਣੀ ਹੈਗੀ ਇਹ ਮਜ਼ਬੂਤੀ ਇਹ ਦੀ ਜਿਹੜੀ ਤੁਸੀਂ ਆਪ ਸੋਚ ਸਕਦੇ ਹੋ ਕਿ ਫੁਲਾਦ ਦੀ ਮਜ਼ਬੂਤੀ ਕਿੰਨੀ ਹੁੰਦੀ ਹੈ ਇਹ ਇਹ ਫੁਲਾਦ ਦਾ ਬਣਿਆ ਸ਼ਸਤਰ ਹੈ ਜੀ ਤੇ ਇਸ ਦਾ ਖਾਸੇਤ ਸਭ ਤੋਂ ਵੱਧ ਖਾਸੇਤ ਇਹ ਹੈ ਕਿ ਇਸ ਦੇ ਮੁਠੇ ਦੀ ਕਿਹਦਾ ਮੁਠਾ ਇਸ ਹਿਸਾਬ ਦਾ ਹੈ ਕਿ ਜੇ ਇੱਕ ਵਾਰ ਹੱਥ ਪੈ ਗਿਆ ਤੇ ਮੁੜ ਕੇ ਹੱਥ ਜਿਹੜਾ ਬਹੁਤ ਮੁਸ਼ਕਲ ਨਾਲ ਬਾਹਰ ਨਿਕਲਦਾ ਹੈ ਕਿ ਜੰਗ ਦੇ ਮੈਦਾਨ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਫਿਲਮਾਂ 'ਚ ਜਾਂ ਹੋਰ ਕਿਸੇ ਥਾਵਾਂ 'ਤੇ ਕਿ ਆਪਣਾ ਸ਼ਸਤਰ ਨੂੰ ਹੱਥ ਨਾਲ ਬੰਨ ਦਿੱਤਾ ਜਾਂਦਾ ਸੀਗਾ ਪਰ ਖਾਲਸਾ ਰਾਜ ਦੇ ਸ਼ਸਤਰਾਂ ਦੀ ਸਭ ਤੋਂ ਵੱਧ ਖਾਸਤ ਇਹ ਹੈ ਕਿ ਇਹਨੂੰ ਕਿਧਰੇ ਵੀ ਕਿਸੇ ਵੀ ਢੰਗ ਨਾਲ ਬੰਨਣ ਦੀ ਜ਼ਰੂਰਤ ਨਹੀਂ ਪੈਂਦੀ ਸ਼ਸਤਰ ਆਪਣੇ ਆਪ ਆਪਣੇ ਜਿਹੜਾ ਮਾਲਕ ਦਾ ਜਿਹੜਾ ਹੱਥ ਹੈ ਉਹ ਆਪਣੇ ਆਪ ਚ ਘੁੱਟ ਲੈਂਦਾ ਹੈ ਮੁਠੇ ਦਾ ਗ੍ਰਿਪ ਹੀ ਇੰਨਾ ਵਧੀਆ ਬਣਾਇਆ ਹੋਇਆ ਹੈ ਤੁਸੀਂ ਆਹ ਦੇਖ ਸਕਦੇ ਹੋ ਇਹ ਪੂਰਾ ਹੱਥ ਜਿਹੜਾ ਹੈ ਇਹਦੇ ਵਿੱਚ ਘੁੱਟਿਆ ਜਾ ਚੁੱਕਿਆ ਹੁਣ ਜਿਸ ਹਿਸਾਬ ਨਾਲ ਮਰਜੀ ਇਸ ਨੂੰ ਆਪਾਂ ਇਹਨੂੰ ਚਲਾਈ ਜਾਏ ਕਰੀ ਜਾਈਏ ਪੂਰਾ ਹੱਥ ਜਿਹੜਾ ਇਹਦੇ ਵਿੱਚ ਕੰਫਰਟੇਬਲ ਪੈ ਜਾਂਦਾ ਹੈ ਕਿ ਜੇ ਇਹਨੂੰ ਚਲਾਈ ਜਾਈਏ ਇਸੇ ਕਿਸੇ ਪਾਸੇ ਤੋਂ ਕੋਈ ਵੀ ਛਡਵਾਇਆ ਨਹੀਂ ਜਾ ਸਕਦਾ ਚਾਹੇ ਇਸ ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰਹਾਰ ਹੋਵੇ ਉਸੋ ਇੱਕ ਵਾਰੀ ਫਿਰ ਤੋਂ ਮੈਂ ਕਹਾਂਗਾ ਤਸਵੀਰ ਦਿਖਾਈ ਜਾਵੇ ਜਿਸ ਤਰ੍ਹਾਂ ਬਾਬਾ ਜੀ ਨੇ ਸ੍ਰੀ ਸਾਹਿਬ ਨੂੰ ਪਕੜਿਆ ਹੋਇਆ ਤੇ ਅੰਗੂਠੇ ਦੇ ਉੱਪਰ ਵੀ ਗ੍ਰਿਪ ਜਿਹੜੀ ਹੈਗੀ ਪਿਛੇ ਤੋਂ ਬਣੀ ਹੋਈ ਹੈ ਬਹੁਤ ਹੀ ਬਿਹਤਰ ਬਣਤਰ ਦੇ ਜਿਹੜੇ ਗ੍ਰਿਪ ਹੈਗਾ ਬਣਿਆ ਹੋਇਆ ਤੇ ਤੁਸੀਂ ਆ ਵਿੱਚ ਹਲਕੇ ਹਲਕੇ ਨਿਸ਼ਾਨ ਦੇਖ ਸਕਦੇ ਹੋ ਇਸ ਤੋਂ ਜਾਇਜ਼ ਹੁੰਦਾ ਕਿ ਇਹ ਪ੍ਰਾਤਨ ਸ੍ਰੀ ਸਾਹਿਬ ਹੈਗੇ ਨੇ ਜੋ ਕਿ 200 ਤੋਂ ਲੱਗੇ 200 ਸਵਾ 200 ਸਾਲ ਤੱਕ ਦੇ 10 ਰਹੇ ਨੇ ਤੇ weight ਇਸ ਦਾ ਫੁੱਲ ਮੁਤਾਬਕ ਦੱਸਿਆ ਜਾ ਰਿਹਾ ਹੈ ਇਸ ਨੂੰ ਸੰਭਾਲ ਵਸਤੇ ਵੀ ਕੁਝ ਖਾਸ ਕਰਨਾ ਪੈਂਦਾ ਹੈ ਇਨਾਂ ਦੀ ਜਿਹੜੀ ਸਾਂਭ ਸੰਭਾਲ ਹੈ ਉਹੀ ਵਿਧੀ ਵਿਧਾਨ ਹੈ ਜੀ ਜਿਹੜਾ ਬਾਕੀ ਸ਼ਸਤਰਾਂ ਦਾ ਹੁੰਦਾ ਹੈ ਜੀ ਉਹ ਬਾਬਾ ਸਰਮਜੋਦੀ ਨੇ ਦੱਸਿਆ ਕਿ ਕਿਸ ਤਰ੍ਹਾਂ ਸ਼ਸਤਰਾਂ ਦੀ ਸਾਂਭ ਸੰਭਾਲ ਹੁੰਦੀ ਹੈ ਕਿਸ ਤਰ੍ਹਾਂ ਸਾਲ ਵਿੱਚ ਇੱਕ ਵਾਰੀ ਪੂਜਾ ਅਰਚਨਾ ਕੀਤੀ ਜਾਂਦੀ ਹੈਗੀ ਅਤੇ ਬਹੁਤ ਹੀ ਧਿਆਨ ਦੇ ਨਾਲ ਰੱਖਣ ਵਾਲੇ ਸ਼ਸਤਰ ਹੈਗੇ ਨੇ ਸੋ ਪ੍ਰਾਤਨ ਸ਼ਸਤਰ ਨੇ ਉਹਨੇ ਤੁਹਾਨੂੰ ਦਰਸ਼ਨ ਕਰਾਏ ਨੇ ਇਹਨਾਂ ਦੇ ਦਰਸ਼ਨ ਤੁਸੀਂ ਖੁਦ ਵੀ ਆ ਕੇ ਇੱਥੇ ਕਰ ਸਕਦੇ ਹੋ ਗੁਰਵਖਸ਼ ਕਲੋਨੀ ਗਲੀ ਨੰਬਰ 13 ਦੇ ਵਿੱਚ ਸੰਤ ਕੁਟਿਆ ਹੈਗੀ ਹੈ 바ਵਾ ਪ੍ਰੀਤਮ ਸਿੰਘ ਜੀ ਦੇ ਇੱਥੇ ਤੁਸੀਂ ਪਹੁੰਚੋ ਪਟਿਆਲਾ ਦੇ ਰੇਲਵੇ ਸਟੇਸ਼ਨ ਤੋਂ ਤਿਗਰੇਮਨ 1 ਕਿਲੋਮੀਟਰ ਦੀ ਦੂਰੀ ਦੇ ਉੱਪਰ ਇਹ ਸਥਾਨ ਹੈਗਾ ਤੁਸੀਂ ਆ ਕੇ ਇੱਥੇ ਦਰਸ਼ਨ ਕਰ ਸਕਦੇ ਹੋ